ਮਿਊਜ਼ਿਕ ਇੰਡਸਟਰੀ ਦਾ ਉਹ ਰੈਪ ਸਟਾਰ ਜਿਸ ਦੇ ਰੈਪਸ ਬਣਦੇ ਨੇ ਗਾਣਿਆਂ ਦੀ ਜਾਨ, ਹੁਣ ਮਾਰ ਰਿਹਾ ਬਾਲੀਵੁੱਡ 'ਚ ਐਂਟਰੀ ਤੇ ਬਣਾਏਗਾ ਆਪਣੀ ਵੱਖਰੀ ਪਹਿਚਾਨ। ਜੀ ਹਾਂ, ਮੈਂ ਗੱਲ ਕਰ ਰਿਹਾ ਰੈਪ ਸਟਾਰ ਬਾਦਸ਼ਾਹ ਦੀ। ਬਾਦਸ਼ਾਹ ਬਤੌਰ ਐਕਟਰ ਹੁਣ ਬਾਲੀਵੁੱਡ ਫਿਲਮਾਂ ਦੇ ਵਿੱਚ ਡੈਬਿਊ ਕਰਨ ਜਾ ਰਿਹਾ ਹੈ। ਇਸ ਫਿਲਮ ਦਾ ਹਲੇ ਤੱਕ ਨਾਮ ਰਿਵੀਲ ਤਾਂ ਨਹੀਂ ਕੀਤਾ ਗਿਆ, ਪਰ ਇਸ ਫਿਲਮ ਨੂੰ ਡਾਇਰੈਕਟ ਕਰ ਰਹੀ ਹੈ ਸ਼ਿਲਪੀ ਦਾਸ ਗੁਪਤਾ। ਦੱਸ ਦਈਏ ਤੁਹਾਨੂੰ ਕਿ ਇਸ ਫਿਲਮ ਦੇ ਵਿੱਚ ਬਾਦਸ਼ਾਹ ਦਾ ਸਾਥ ਦੇਣਗੇ ਸੋਨਾਕਸ਼ੀ ਸਿਨਹਾ, ਵਰੁਣ ਸ਼ਰਮਾ, ਅਨੂ ਕਪੂਰ, ਕੁਲਭੂਸ਼ਣ ਖਰਬੰਦਾ ਐਂਡ ਨਦੀਰਾ ਬੱਬਰ। ਬਾਦਸ਼ਾਹ ਇਸ ਫਿਲਮ ਦੇ ਵਿੱਚ ਵੀ ਇੱਕ ਫੇਮਸ ਪੰਜਾਬੀ ਸਿੰਗਰ ਦਾ ਰੋਲ ਪਲੇ ਕਰਨਗੇ। ਬਾਦਸ਼ਾਹ ਦੇ ਮਿਊਜ਼ਿਕ ਤੇ ਬਾਦਸ਼ਾਹ ਦੇ ਰੈਪਸ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਤਾਂ ਇੱਕ ਵੱਖਰੀ ਥਾਂ ਬਣਾਈ ਹੈ, ਪਰ ਤੁਹਾਨੂੰ ਕੀ ਲੱਗਦਾ ਬਾਦਸ਼ਾਹ ਦਾ ਬਾਲੀਵੁੱਡ ਦੇ ਵਿੱਚ ਬਤੌਰ ਐਕਟਰ ਡੈਬਿਊ ਕਿਹੋ ਜਿਹਾ ਰਹੇਗਾ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ, ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।